बहुत सोहना राजा बहुत सोहना राजा बहुत सोहनी है चादर हथी कढ़ी भी हथी बनाईया रंग रंग के सूट कट के बहुत सोहना कि सोहना डिजाइन बहुत सोहना जो जो फुल लाए देख ला बनाए अगे रवाज सी मुड़िया ज्यो कतना ज्यो कडना ज्यो करना इधर सारे जेडे खदर दे आ गदैले आ सुचे आ घर बड़ा बुढ़िया ने कट के खदर दे चार मुल रे आ सुनील दा आहो ए मुल दे ਹੋਰ ਮੁੱਲ ਰਹੇ ਆ ਆ ਖੱਦਰ ਘਰ ਦਾ ਲੱਗਾ ਥੱਲੇ ਤਾੜੇ ਵਾਲਾ ਸੱਦ ਕੇ ਉਹ ਤਾਂ ਭਰਾਏ ਸੀ ਕਿੰਨੇ ਰੂ ਪਵਾਈ ਆ ਮੋੜੀ ਮੈਨੂੰ ਪਤਾ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਪਵਾਈ ਆ 5 5 ਕਿਲੋ 6 6 ਕਿਲੋ ਤਾਂ ਹੋਊਗੇ ਹਾਂ ਹਾਂ 6 6 ਕਿਲੋ ਰੂ ਆ ਬੈਠੇ ਚ ਪਰੇ ਵਾਵਾ ਅੱਜ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਪੇਟੀ ਖੋਲ ਲਈ ਆ ਹਾਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਪੇਟੀ ਖੋਲ ਲਈ ਆ ਤੇ ਹੋਰ 7-8 ਸਾਲ ਹੋ ਗਏ ਮੈਂ ਤਾਂ ਟੋਪੀ ਨਹੀਂ ਲਵਾਈ ਸੀ ਬਸਤਰਿਆਂ ਨੂੰ ਮਾਏ ਸੋਹਣੇ ਆ ਆਣੀਆਂ ਹੁੰਦੀਆਂ ਨਾ ਬੁੜੀਆਂ ਤੀ ਤੋਰ ਕੇ ਨੋ ਲਿਆਈਏ ਫੇਰ ਪਤਾ ਲੱਗਦਾ ਬੁੜੀਆਂ ਨੂੰ ਸਹੀ ਗੱਲ ਆ ਠੀਕ ਹੈ ਆ ਸਾਰ ਦਿਨ ਜਿਉ ਚਰਖਾ ਕੱਤਣਾ ਰੂ ਮਜਾ ਲਿਆ ਪੁਣੀਆਂ ਵਾਟੜਾ ਜਿਉ ਕੱਤਣਾ ਢੇਰ ਲਾ ਉਹਨਾਂ ਨੂੰ ਜਲਾਏ ਨੂੰ ਫੜਾ ਦੇ ਖੱਦਰ ਬਣਾਉਣ ਨੂੰ ਆਓ ਆ ਘਰ ਦੇ ਬਣੇ ਸਾਰੇ ਸਾਡੇ ਉੱਥੇ ਮਤਲਬ ਖੱਡੀਆਂ ਤਾਂ ਹੋਰ ਬੁਣਦੀਆਂ ਸੀ ਪਿੰਡ 'ਚ ਉਹਨਾਂ ਤੋਂ ਬਣਵਾਈਆਂ ਕੱਤਿਆ ਮੇਰੀ ਮੰਮੀ ਨੇ ਆ ਤੇ ਬਣਵਾਈਆਂ ਬਣਵਾਇਆ ਆਉਂ ਤਾਂ ਬਣਵਾਏ ਵੇ ਕੱਤਿਆ ਆਉਣੇ ਆ ਬਹੁਤ ਸੋਹਣਾ ਰਾਜਾ ਬਹੁਤ ਸੋਹਣਾ ਰਾਜਾ ਮੌਕੇ ਵੀ ਬਹੁਤ ਸੋਹਣੀ ਆ ਆ ਜਾ ਉੱਧਰ ਦਿਖਾਵਾਂ ਦਰੀਆਂ ਪੱਖੀਆਂ ਮੈਂ ਆਪੇ ਬਣਾਈਆਂ ਆ ਭੈਣ ਨੇ ਬਣਾਈਆਂ ਸੀ ਦੋ ਕਿੰਨੀਆਂ ਇਹ 6-7 ਸਿੰਘ ਹੈ ਕੁਛ ਲੱਗ ਗਈਆਂ ਆਹ ਤਾਂ ਕੀ ਦੀ ਵੀ ਬਣੀ ਹੈ ਵਿਚਾਰੋ ਧਰ ਕੇ ਚੌ ਸੁਣਿਆ ਵਾਲੀ ਨਹੀਂ ਪਤਾ ਨਹੀਂ ਆਹੋ ਹਾਂ ਚੌ ਸੁਣਿਆ ਚਾਰ ਸੁਣਿਆ ਨਾ ਬਣ ਲਗਾ ਵਿਚਾਰੋ ਧਰ ਕੇ ਇਹ ਮੰਮੀ ਨੇ ਤੇ ਭੈਣ ਨੇ ਬਣਾਈ ਆ ਆਹ ਕੀ ਦੀ ਵੀ ਬਣੀ ਚਲ ਕੇ ਆ ਰੀਬਨ ਹਾਂ ਬਣਾਉਂਦੀਆਂ ਸੀਆਂ ਆ ਵੇ ਆ ਕਿੰਨੀ ਸੋਹਣੀ ਸੀਸੇ ਲਾ ਕੇ ਇੱਕ ਆ ਇਧਰ चादर लालियां ज्यादे एक अद्धी रह गई होनी घर दी बुनी आह मेज पोश ट्रांकां दे चादर चादर हथी कढ़ी भी ठीक है हथी बनाईया रंग रंग के सूट कट के किन्निया दरिया नौ ਨੌ ਹੀ ਹੋਣਗੇ ਹਾਂ ਨੌ ਦਰੀਆਂ ਨੌ ਚਾਦਰਾਂ ਨੌ ਸਰਾਣੇ 11 ਸਰਾਣੇ ਬਿੰਡਾਂ ਦੇ ਵੀ ਇਹਨਾਂ ਦੋ ਨਾਲ ਆ ਤਾਂ ਮੰਮੀ ਦੀਆਂ ਹੀ ਸੀ ਆਹ ਦੋ ਤਾਂ ਤਿੰਨ ਤਾਂ ਹਾਂ ਹਾਂ ਇਹ ਤਾਂ ਉਹਦੇ ਦਾਦ ਚੋਂ ਹੀ ਸਾ ਮੈਨੂੰ ਗਾਹ ਮਿਲੀਆਂ ਆਹੋ ਆਏ ਜਾ ਜਾਂਦੇ ਮੈਂ ਬੜੀਆਂ ਅੱਗੇ ਹਾਂ ਉਹ ਕੁਛ ਬਣਾਈਆਂ ਮੇਰੀ ਨਾਨੀ ਦੀਆਂ ਵੀ ਯਾਦਾਂ ਇਹਨਾਂ 'ਚ ਆਹੋ ਬਣਾਈ ਵੀ ਹਾਂ ਉਹ ਮੇਰੀ ਨਾਨੀ ਨੇ ਬਣਵਾਈਆਂ ਨਾਲ ਲੱਗ ਕੇ ਹਾਂ ਹਾਂ ਅੱਗੇ ਭਾਈ ਐਵੇਂ ਸੀ ਰਿਵਾਜ਼
ਹੁਣ ਸਾਰੀਆਂ ਲੈ ਆਪੇ ਤਾਂ ਸਾਲੀ ਦੇ ਪਰਸ ਕਰਨੇ ਆ ਉਹ ਪੋਚੇ ਲਾਉਣੇ ਆ ਕੰਮ ਅੱਗੇ ਨੂੰ ਵੀ ਜ਼ਿਆਦੇ ਆ ਦੁੱਧ ਰੇੜ ਕੇ ਧਾਰਾਂ ਕੱਢ ਗੋ ਸਿੱਟ ਪੱਠਾ ਰੱਥਾ ਪਾ ਡੂ ਪਾਲੀ ਤੇਰੀ ਕਹਿੰਦੀਆਂ ਸੀ ਇਹਨੂੰ ਹਾਂ ਹਾਂ ਬਹੁਤ ਸੋਹਣਾ ਆਹ ਵੇਖ ਕਿੰਨਾ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਜੋਰ ਜੋਰ ਦਾ ਦਾਇਆ ਇਹ ਮੇਰੀ ਨਾਨੀ ਨੇ ਤੇ ਮੇਰੀ ਮੰਮੀ ਨੇ ਰਾਤ ਨੂੰ ਬਣਾਈ ਸੀ ਹਾਂ ਹਾਂ ਆਹੋ ਬਣਾਉਂਦੀਆਂ ਹੀ ਆ ਰਾਤ ਨੂੰ ਦੀਵੇ ਦੀ ਚਾਨਣੇ ਕਹਿੰਦੀਆਂ ਅੱਗੇ ਟਾਈਮ ਲੱਗ ਜਾਣਾ ਆਖਣਾ ਚੱਲ ਕੁੜੇ ਹੁਣ ਨਾ ਕੋਈ ਕਰ ਲਈਏ ਬਹੁਤ ਸੋਹਣਾ ਮੰਮੀ ਬਰੀਕ ਬਾਹਲਾ ਬਰੀਕ ਸੂਤਰ ਸੂਤ ਕੱਚਾ ਹਾਂ ਆਹ ਮੁੱਲ ਦੀ ਆ ਆਹ ਵੀ ਖੁੱਲੀ ਬਾਬੇ ਫੜਾਈ ਮੈਨੂੰ ਆਹ ਦੇਖੋ ਸੂਤ ਤੇ ਪੱਛਮ ਬੇ ਅੱਜ ਸੂਤ ਵੀ ਆ ਤੇ ਪੱਛਮ ਵੀ ਆ ਅੱਛਾ ਆ ਜਿਹੜਾ ਡਿਜ਼ਾਈਨ ਹੈ ਪੱਛਮ ਦਾ ਬਾਕੀ ਸੂਤ ਆ ਜਿਹੜਾ ਪੀਲਾ ਵਾ ਰੰਗ ਆ ਪੱਛਮ ਦੀ ਆ ਨਹੀਂ ਆ ਜਿਹੜਾ ਲਾਲ ਰੰਗ ਆ ਇਹ ਪੱਛਮ ਆ ਆ ਪੀਲਾ ਸਾਰਾ ਜਿਹੜਾ ਇਹ ਸੂਤ ਆ ਦਾ ਰੰਗਿਆ ਪਿਆ ਹਾਂ ਅੱਗ ਫੜ ਪੱਕੇ ਰੰਗ ਹੁੰਦੇ ਸੀ ਦੋ ਨਹੀਂ ਤੋੜਾ ਮਿਲ ਜਾਂਦਾ ਸੀਗਾ ਕੁੰਡੀ ਤੋਂ ਪਹਾ ਹਾਂ ਹਾਂ ਆ ਪੈ ਗਏ ਅੱਛੇ ਕੱਢਦੀਆਂ ਸੀਗੀਆਂ ਇਹ ਨਵੀਆਂ ਚੱਲੀਆਂ ਸੀ ਉਹਨੂੰ ਚਿੱਟੀਆਂ ਹੋਰ ਅੱਗੇ ਚਿੱਟੀਆਂ ਨੇ ਸੀ ਬਾਲ ਆਵੇ ਆਵੇ ਕੁੰਡੀ ਤੋਂ ਪਾ ਖਦਰ ਦੀਆਂ ਹਾਂ ਹਾਂ ਅੱਗੇ ਅੱਛੇ ਕੱਢਦੀਆਂ ਜਾਂ ਪ੍ਰੇਮ ਸੋਈ ਹੁੰਦੀ ਸੀ ਕੁੰਡੀ ਵਾਲੀ ਆਂਛਾ ਦਾ ਰਾਗਾ ਖਿੱਚੀ ਜਾਣਾ ਖਿੱਚੀ ਜਾਣਾ ਤੇ ਜਦੋਂ ਫੁੱਲ ਬਣ ਜਾਣਾ ਤੇ ਉਹਦਾ ਲੈ ਕੇ ਕੈਂਚੀ ਉੱਤਰ ਤੇ ਕੱਟ ਕੇ ਖੜਾ ਪ੍ਰੇਮ ਸੋਈ ਦਾ ਕੱਢਿਆ ਸੋਈ ਦਾ ਆ ਵੀ ਚਾਦਰ ਆ ਚਾਦਰਾਂ ਦੀ ਥਾਂ ਤੇ ਲੱਗ ਗਏ ਇਹ ਮੁੱਲ ਦੇ ਆ ਕੁਛ ਵਿੱਚ ਬਹੁਤ ਸੋਹਣਾ ਆ ਵੇਖ ਲਓ ਭੈਣੇ ਅੱਛੇ ਕੱਢਣਾ ਸਾਰਾ ਕੁਛ ਲਾਇਆ ਤਾਂ ਕੁਛ ਨਹੀਂ ਵਿੱਚੋਂ ਕੁਛ ਕੁ ਸਮਾਨ ਹੀ ਲੱਗਿਆ ਆ ਮੁੱਲ ਦੀ ਆ ਆ ਵੀ ਕੱਢੀ ਆ ਦੇਖੀ ਚਾਦਰਾਂ ਇਹ ਵੀ ਸਿੰਗਲ ਆ ਮੰਜਾਂ ਵਾਲੀਆਂ ਆ ਕੇਸਮੈਂਟ ਹੈ ਹਾਂ ਹਾਂ ਖੱਦਰ ਕੇਸਮੈਂਟ ਵਿਚਾਲੇ ਆਹ ਵੱਡਾ ਫੁੱਲ ਇਹ ਗੈਂਚੇ ਟੋਪਾ ਕੇ ਆਹੋ ਇਹ ਤਾਂ ਉਹੀ ਆ ਨਾਲ ਨਾਲ ਟੋਪਾ ਲਾਈ ਜਾਂਦੀਆਂ ਸੀ ਥੋੜੇ ਟੇਢੇ ਕਰਕੇ ਪੇਂਟ ਕੀਤੀਆਂ ਹਾਂ ਹਾਂ ਨਵਾਂ ਪੁਰਾਣਾ ਸਾਰਾ ਡਿਜ਼ਾਈਨ ਹੀ ਆ ਕੱਢਿਆ ਵੀ ਪੇਂਟ ਕੀਤਾ ਵੀ ਦੂਜੂ ਫੜ ਵੀ ਆਏ ਆ ਪੈਨ ਕੀਤੀਆਂ ਰੰਗ ਨਾ ਹਾਂ ਹਾਂ ਪੈਨ ਕੀਤੀਆਂ ਰੰਗ ਲੈ ਕੇ ਇਹ ਦੋ ਦੋ ਆ ਸਾਰਾ ਜੋੜਾ ਜੋੜਾ ਇੱਕ ਮਿੰਟ ਹੋਰ ਦਿਖਾਉਣੀ ਹੈ ਤੈਨੂੰ ਇੱਕ ਬਾਗ ਵਰਗੀ ਚਾਦਰ ਮੈਂ ਕਈ ਵਾਰ ਆਖਿਆ ਬੜੇ ਨੇ ਵਾਲ ਆ ਰਹੇ ਨੇ ਕਦੇ ਵਾ ਸਮਾਉ ਚੜ ਜਾਂਦੀ ਲੀੜਿਆਂ ਨੂੰ ਕਈ ਤਰ੍ਹਾਂ ਮੈਂ ਕਿੰਨੀ ਵਾਰ ਆਖਿਆ ਪਹਿਲਾਂ ਦੀਆਂ ਪੇਟੀਆਂ ਹੀ ਨਹੀਂ ਸੂਤ ਇੱਕ ਆ ਵਾਰੀ ਇਹ ਵੀ ਕੱਢੀ ਹੱਥੀ ਮੱਖੀ ਤੋਂ ਪਿੱਛੇ ਪਾਏ ਅੱਗੇ ਬਣਾਉਂਦੀਆਂ ਸੀਗੀਆਂ ਇਹ ਨਾਨਕੀ ਬੁਣੀਆਂ ਸੀ ਬਹੁਤ ਸੋਹਣਾ ਦਾਜ ਤੇਰਾ ਇਧਰੋਂ ਵੀ ਦਿਖਾਉਣੀ ਆ ਵਿੱਚ ਅਸੀਂ ਥੋੜਾ ਜਿਹਾ ਆਪਦਾ ਪਾਤਾ ਪੇਂਟ ਨਹੀਂ ਕੀਤਾ ਸੀ ਇੱਕ ਫੁੱਲ ਆ ਮੇਰੇ ਇਹ ਭੈਣ ਨੇ ਪੇਂਟ ਕੀਤਾ ਸੀ ਹਾਂ ਹਾਂ ਇਹਨੂੰ ਜਾਲ ਕੋਈ ਕਹਿੰਦੇ ਸੀ ਨਾ ਕੀ ਕਹਿੰਦੇ ਇਹਨੂੰ ਜਾਲੀ ਹਾਂ ਜਾਲੀ ਆਣੀਆਂ ਰਾਣਾ ਵੱਟ ਵੱਟ ਮੈਂ ਆਵੇ ਜਲੇਬੀ ਵਾਲੀ ਹੁੰਦੀ ਹੈ ਨਾ ਜਲੇਬੀ ਹਾਂ ਹਾਂ ਕੁਝ ਮੰਮੀ ਨੂੰ ਦੱਸਿਆ ਮੈਂ ਤਾਂ ਸਭ ਬਣਾਈ ਵੀ ਹੋਣੀ ਹੈ ਜ਼ਿਆਦਾ ਨਾਨੀ ਨੇ ਕੁਛ ਬਣਾਈਆਂ ਸੀ ਜਾਲੀਆਂ ਜਿਹੀਆਂ ਆਹ ਬਸ ਮੰਮੀ ਨੇ ਜਲੇਬੀ ਨਾਲ ਜਾਲੀ ਆਣੀਆਂ ਹਾਂ ਆਵੇ ਉਸ ਤਰ੍ਹਾਂ ਬਣੀਆਂ ਜਲੇਬੀ ਹਾਂ ਬਣਾਈਆਂ ਪੱਛ ਬਣਾ ਲਾ ਰਾਣ ਸਾਹਿਬ ਵੱਧ ਤੋਂ ਵੱਧ ਬਣ ਲੈ ਰਾਣਾ ਨੇ ਸਾਰਾ ਬਣਾਇਆ ਸੀ ਦਾਜ ਕੇ ਇੱਦਾਂ ਅੱਛਾ ਭੂਆ ਨੇ ਨਹੀਂ ਬਣਾਇਆ ਕੀ ਇਹਦਾ ਮਾਇਆ ਬਿਸ਼ੇਰਾ ਬਣਾਇਆ ਇਹ ਕਾਵੇ ਦਸ ਦਰੀਆਂ ਸੀਆਂ ਆ ਫੁੱਲ ਲਾਇਆ ਦੇਖ ਲਾ ਫੁੱਲ ਜਿਹੜਾ ਫਿਰ ਲਾਉਣਾ ਹੀ ਫੁੱਲ ਤਾਂ ਲਾਉਂਦੀਆਂ ਹੀ ਹੈ ਹਾਂ ਅੱਡ ਅੱਡ ਰੰਗ ਜਿਹੜੇ ਰੰਗ ਵਿੱਚ ਆ ਬਸ ਫੁੱਲ ਤਾਂ ਲਾਉਂਦੀਆਂ ਹੀ ਹੈ ਹੂੰ ਨਾਲੇ ਹੁਣ ਕਰ ਲੈਣਗੇ ਆ ਜਾ ਇਹ ਦਰੀ ਤਾਂ ਪੁਰਾਣੀ ਸੀਗੀ ਹਾਂ ਹਾਂ ਤੇ ਜਾਲੀ ਦੂਰੀ ਵਾਰ ਬੰਨੀ ਆ ਹਾਂ ਹਾਂ ਦਰੀ ਤਾਂ ਮੇਰੀ ਮੰਮੀ ਨਾਨੀ ਨੇ ਬਣਾਈ ਸੀਗੀ ਮੰਮੀ ਨੇ ਤੇ ਨਾਨੀ ਨੇ ਹਾਂ ਲੱਗ ਗਈਆਂ ਨੇ ਟੱਕਰਾ ਮਾਰਦੀਆਂ ਸੀਗੀਆਂ ਹਾਂ ਤੇ ਆ ਦੇਖ ਲਾ ਇਹਦੀ ਉਦੋਂ ਅੱਡ ਇਹ ਪਹਿਲੇ ਐਵੇਂ ਹੀ ਬਣਦੀਆਂ ਸੀ ਜਾਲੀ ਅੱਗੇ ਲੈ ਦੇਖ ਗੋਠ ਗੋਠ ਕੇ ਕਿਵੇਂ ਹੈ ਨਾ ਕਿੰਨੀ ਮਿਹਨਤ ਕੀਤੀ ਹੈ ਹਾਂ ਹਾਂ ਇਹਦਾ ਗੋਠ ਗੋਠ ਕੇ ਕਿਵੇਂ ਬਣਾਈ ਹੈ
ਬਸ ਸਾਨੇ ਇਹਦੇ ਵਿੱਚ ਆਜੇ ਖੋਲ ਦੇ ਵਾਲ ਲੱਗ ਜੂਗੇ ਖੋਲ ਦੀ ਆ ਤਾਂਗਾ ਬਹੁਤ ਸੋਹਣਾ ਦੇਖ ਹਾਂ ਹਾਂ ਇਹ ਦੂਜਾ ਦਸੂਤੀ ਜਿਹਾ ਹੈ ਨਾ ਅੱਗੇ ਪਹਿਲੇ ਹੋਇਆ ਸੀਗਾ ਲੈ ਤੇ ਜਾਲੀ ਦਾ ਡਿਜ਼ਾਈਨ ਦੇਖ ਤੂੰ ਖਿੱਚੀ ਮੜੀ ਇਧਰ ਬਹੁਤ ਸੋਹਣੀ ਆ ਨਾਲੇ ਹੁਣ ਬੰਨ ਲੈਣਗੀਆਂ ਹੁਣ ਮੱਥਾ ਮਾਰਨਗੀਆਂ ਹੁਣ ਭਾਂਡੇ ਮਾਂਜਣ ਲੱਗੀਆਂ ਖਿੱਚਣ ਲੱਗ ਜਾਂਦੀਆਂ ਵੀ ਲੈ ਮਾਂਜਣੇ ਪੈ ਗਏ ਬਹੁਤ ਸੋਹਣੀ ਆ दरी तो चल फिर भी ताना पाया हो तो बोनी लेनिया बनवाई जाली हाँ इसे पहले अगर बढ़िया से तैयारियां सही काम ही उसे एक पार फुटी जा बाहर हम देसी गए ये नहीं कर रही ये प्राणी कोई है ये भी तेरी मम्मी दी सी गई हाँ फॉल ना मैं लाया थे आप प्राणी है जाली तो ये रंगना बनाना करना हाँ तेरे फॉल दे वाला बिलुगे मैं ਨਿੰਦ ਨਾਲ ਫਿਰ ਕੋਈ ਦਰੀ ਦੁਰੀ ਨਹੀਂ ਸਾਰਾ ਬਹੁਤ ਸੋਹਣਾ ਦਾਜ ਬਣਿਆ ਵੇ ਖੋਲ ਦਿੰਦੇ ਆ ਨਾ ਹਵਾ ਜੀ ਲੱਗ ਜੂ ਆਹ ਜਾਲ ਦੀ ਸੀ ਜਾਲ ਪਾਉਂਦੀਆਂ ਸੀਗੀਆਂ ਦਰੀ 'ਚ ਇਹ ਕਿੰਨੀਆਂ ਕਿੰਨੀਆਂ ਗੁੱਟੀਆਂ ਲੱਗਦੀਆਂ ਹੋਣਗੀਆਂ ਸੌ ਸੌ ਗੁੱਟੀ ਲੱਗ ਜਾਂਦੀ ਕਹਿੰਦੇ ਕਈਆਂ ਤੇ ਕਿੰਨੀਆਂ ਸੌ ਇਹ ਤੇ ਥੋੜ੍ਹੀ ਆ ਜਿਹੜੀ ਟੂਪਾਂ ਅੱਛੇ ਅੱਛੇ ਗੁੱਟੀਆਂ ਲੱਗ ਜਾਂਦੀਆਂ ਸੀਗੀਆਂ ਹਾਂ ਹਾਂ ਸੌ ਸੌ ਜਿਹੜੀ ਟੂਪਾਂ ਵਾਲੀਆਂ ਨਾ ਉੱਤੇ 100 ਗੁੱਟੀ ਪੂਰੀ ਲੱਗਦੀ ਸੀ ਹਾਂ ਹਾਂ ਲੱਗ ਹੀ ਜਾਂਦੇ 100 ਗੁੱਟੀ ਉਹ ਬਰੀਕ ਕੰਮ ਕਰੇ ਕੋਈ ਚੱਕੜਾ ਕਰੇ ਕੋਈ ਚੱਕੜਾ ਕਰੇ ਕੋਈ ਚੱਕੜਾ ਫਿਰ ਅੱਗੇ ਵਾਲਾ ਹੋਵੇ ਤੇ ਕੁੜੀਆਂ ਜੇ ਬਹੁਤੀ ਨੇ ਉਹਨਾਂ ਖਣ ਲੀੜੇ ਵਿਖਾਉਣੇ ਨਾ ਨਾ ਸਗਨ ਦੇ ਉਹਨਾਂ ਨਾਲ ਲੀੜੇ ਨਾ ਕੋ ਗੋਇਆ ਨਖਾਂ ਪੈ ਸਾਰੇ ਉਹ ਕਰਿਆ ਵੀ ਲੀੜੇ ਵੇਖਿਓ ਕੁੜੀਆਂ ਨੇ ਸਾਰੇ ਮੋਨਾ ਵੇਖਾਂਗੇ ਨਹੀਂ ਵੇਖਾਂਗੇ ਕਿਸੇ ਨੇ ਦਰੀ ਦਾ ਵੇਖਣਾ ਕਿਸੇ ਨੇ ਪੱਖੀ ਦਾ ਵੇਖਣਾ ਕਿਸੇ ਨੇ ਚੱਦ ਉਹ ਫਿਰ ਬਹਿ ਕੇ ਅਸੀਂ ਵੀ ਆਹੀ ਕੀਤਾ ਆ ਜਿਹੜੀਆਂ ਪੱਖੀਆਂ ਪੁੱਖੇ ਜਿਹੜੇ ਵੋਟੀਆਂ ਦੀਆਂ ਵੇਖ ਕੇ ਬਣਾਈਆਂ ਸੀ ਆ ਮੋਨੇ ਰੋਟੀ ਲਈ ਦਰੀਆਂ ਨਾਭੀ ਦਾ ਭਾਵੇਂ ਸੀ ਵਿੱਚ ਨਾ ਮੈਂ ਨਹੀਂ ਕਿਹਾ ਫੁੱਲ ਪਾਏ ਉਹ ਰਾਣ ਦੋ ਬਣਾਈਆਂ ਦੋ ਬਣਾਈਆਂ ਤੇ ਮੈਨੂੰ ਵੇਹ ਰੱਖਣ ਦੀ ਕੀਤ ਨਹੀਂ ਦੋ ਦੇ ਦਿੱਤੀਆਂ ਸੂਤ ਵੀ ਬੜਾ ਬਰੀਕ ਕੱਟਿਆ ਬਰੀਕ ਕੱਟੀ ਦਾ ਸੂਤ ਮੋਟਾ ਮੋਟਾ ਗੋਲੋਂ ਮੋਟਾ ਤਾਂ ਫਿਰ ਮੰਜੇ ਮੁੰਜੇ ਕਹਿ ਦਿੰਦੇ ਆ ਨਾ ਮੋਟਾ ਜਿਹੜਾ ਰਹਿ ਜਾਂਦਾ ਮੰਜੇ ਬਣਾ ਲੈਂਦੀਆਂ ਸੀ ਰੂਮ ਪਜਾ ਕੇ ਜਾਣੂ ਜਿਹੜੀ ਭੰਨ ਹੋਣੀ ਨਾ ਥੱਲੇ ਡਿੱਗੀ ਉਹ ਅੱਡ ਚੱਕ ਲਿਆ ਉਹਨੇ ਅੱਛਾ ਉਹ ਮੂਰਾ ਵੇ ਜੀ ਕੱਢ ਲਈ ਸੀ ਮਸ਼ੀਨ ਦੇ ਮਰਦੇ ਲਈ ਰੂਮ ਪੈਂਦਾ ਸੀਗਾ ਫਿਰ ਮਸ਼ੀਨਾਂ ਚੱਲ ਪਈਆਂ ਉਹਦੀ ਰੂਹ ਆ ਉਹ ਅੱਡ ਲਿਆਉਣੀ ਪਾ ਕੇ ਤੇ ਉਹ ਸਰਾਣੇ ਸਰੂਣਾ ਚ ਪਾ ਲੈਣੀ ਭੰਨ ਵਾਲੀ ਇਹਦਾ ਨੀ ਕੋਈ ਹੱਥ ਮਾਰ ਕੇ ਕੋਈ ਹੈਗੀ ਭੰਨ ਵਿੱਚ ਭਰ ਨਾ ਐਂ ਕਰਦੇ ਅੱਗੇ ਬੁੜੀਆਂ ਬਾਹੀਆਂ ਸਿਆਰੀਆਂ ਸੀਗੀਆਂ ਹੁਣ ਤਾਂ ਰੂਹ ਦੀ ਥਾਂ ਤੇ ਵੀ ਹੋਰ ਚੱਲ ਪਈ ਫੈਬਰ ਹੁਣ ਤਾਂ ਰੂਹ ਵੀ ਨਹੀਂ ਪਾਉਂਦੀਆਂ ਉਹ ਜਾਣ ਰੱਖ ਚੱਕੀ ਛੁੱਟ ਗਈ ਚਿੰਦਾ ਨੇ ਛੱਟ ਜਾਣਾ ਤੇਰੇ ਰਾਜ ਚੀਵੀਆਂ ਦਾ ਆ ਗਿਆ ਹੁਣ ਤਾਂ ਪਹਿਲਾਂ ਰਾਜ ਬੁੜੀਆਂ ਦਾ ਨਹੀਂ ਮੈਨੂੰ ਤਾਂ ਸਾਰਾ ਕੁਝ ਆਉਂਦਾ ਆ ਮੈਂ ਤਾਂ ਕਰ ਲੂੰਗੀ ਜੇ ਕਰਨਾ ਹੋਵੇ ਕੰਮ ਆਹ ਤੈਨੂੰ ਤਾਂ ਨਹੀਂ ਆ ਰਹੀ ਹੁਣ ਕਿੱਥੇ ਅਗਲੇ ਕੰਮ ਆ ਹਾਂ ਸਹੀ ਗੱਲ ਆ ਨਹੀਂ ਹੈਗੇ ਤੇ ਹਾਂਜੀ ਸਾਡੀ ਗੱਲਬਾਤ ਜਿਹੜੀ ਹੈ ਬਹੁਤ ਲੰਮੀ ਹੋ ਗਈ ਸੀ ਇਸ ਕਰਕੇ ਮੈਂ ਵੀਡੀਓ ਦੇ ਐਂਡ ਕਰਨ ਦਾ ਸੋਚ ਲਿਆ ਅਤੇ ਸਾਡਾ ਇਹ ਵੀਡੀਓ ਦਿਖਾਉਣ ਦਾ ਮਤਲਬ ਇਹੀ ਸੀ ਮੇਨ ਮਕਸਦ ਕਿ ਜਿਹੜੀ ਚੀਜ਼ ਆਪਾਂ ਬਾਜ਼ਾਰੋਂ ਮੁੱਲ ਲੈਂਦੇ ਹਾਂ ਹੈ ਨਾ ਉਹਦੀ ਤਾਂ ਕੀਮਤ ਹੁੰਦੀ ਹੈ ਪਰ ਜਿਹੜੀਆਂ ਇਹ ਚੀਜ਼ਾਂ ਵਾ ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਇਹ ਅਨਮੋਲ ਹੈ ਮੇਰੇ ਵਾਸਤੇ ਯਾਨੀ ਕਿ ਉਹਨਾਂ ਔਰਤਾਂ ਵਾਸਤੇ ਜਿਹੜੀਆਂ ਮਤਲਬ ਇਹ ਚੀਜ਼ਾਂ ਲੈ ਕੇ ਆਈਆਂ ਆਪਣੇ ਪੇਕਿਆਂ ਤੋਂ ਹੈ ਨਾ ਇਹ ਨਿਸ਼ਾਨੀਆਂ ਨਾਨੀ ਦੀਆਂ ਮਾਂ ਦੀਆਂ ਯਾਦਾਂ ਵਾਂ ਅਤੇ ਪਿਆਰ ਆ ਉਹਨਾਂ ਦਾ ਆਸ਼ੀਰਵਾਦ ਇਹਨਾਂ ਚੀਜ਼ਾਂ ਵਿੱਚ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਦੇਊਂਗੀ ਜਿਵੇਂ ਮੇਰੀ ਮੰਮੀ ਨੇ ਮੇਰੀ ਨਾਨੀ ਦੀਆਂ ਚੀਜ਼ਾਂ ਦਿੱਤੀਆਂ ਮੈਨੂੰ ਮੈਂ ਆਪਣੇ ਬੱਚਿਆਂ ਨੂੰ ਅੱਗੇ ਇਹ ਦੇਊਂਗੀ ਹੈ ਨਾ ਭਲਾ ਇੱਕ ਇੱਕ ਦੋ ਦੋ ਦੇਵਾਂ ਅਤੇ ਹਾਂਜੀ ਬਸ ਆਹੀ ਕੋਸ਼ਿਸ਼ ਸੀ ਸਾਡੀ ਕਿ ਅਸੀਂ ਤੁਹਾਨੂੰ ਦਿਖਾਈਏ ਕਿ ਕਿਸ ਤਰ੍ਹਾਂ ਪੁਰਾਣੇ ਬਜ਼ੁਰਗ ਜਿਹੜੇ ਸੀਗੇ
ਪੁਰਾਣੀਆਂ ਔਰਤਾਂ ਸੀ ਜਿਹੜੀਆਂ ਸਮਾਨ ਬਣਾਉਂਦੀਆਂ ਸੀਗੀਆਂ, ਦਰੀਆਂ ਖੇਸ ਹੈ ਨਾ, ਅਤੇ ਦਿੰਦੀਆਂ ਸੀ ਆਪਣੀਆਂ ਧੀਆਂ ਨੂੰ। ਪਰ ਅੱਜ ਕੱਲ੍ਹ ਇਹ ਚੀਜ਼ ਜਿਹੜੀ ਹੈ ਬਿਲਕੁਲ ਅਲੋਪ ਹੀ ਹੋ ਗਈ ਹੈ, ਹੱਥੀਂ ਕੋਈ ਚੀਜ਼ ਬਣਾ ਕੇ ਖੁਸ਼ ਨਹੀਂ ਹੈਗਾ। ਹਾਲਾਂਕਿ ਸਭ ਕੁਛ ਹੈ, ਰੂੰ ਵੀ ਹੈਗੀ ਆਪਣੇ ਹੈ ਨਾ, ਕਪਾਹਾਂ ਵੀ ਹੁੰਦੀਆਂ, ਪਰ ਹੱਥੀਂ ਚੀਜ਼ ਬਣਾ ਕੇ ਕੋਈ ਵੀ ਹੁੰਦੀਆਂ ਜਿਹੜੀਆਂ ਔਰਤਾਂ ਹੈਗੀਆਂ ਉਹ ਖੁਸ਼ ਨਹੀਂ ਹੈਗੀਆਂ। ਬਣਾਉਣੀਆਂ ਚਾਹੀਦੀਆਂ, ਨਹੀਂ ਤਾਂ ਇਹ ਵਿਰਸਾ ਜਿਹੜਾ ਆਪਣਾ ਬਿਲਕੁਲ ਅਲੋਪ ਹੋ ਜਾਵੇਗਾ। ਅਤੇ ਠੀਕ ਹੈ ਜੀ, ਅੱਜ ਦੀ ਵੀਡੀਓ ਇੰਨੀ ਹੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫੋਰ ਵਾਚਿੰਗ।